24 ਜੂਨ ਨੂੰ ਜਿਹੜੀ ਸਾਡੀ ਫਿਲਮ ਆ ਰਹੀ ਹੈ ਟੈਲੀਵਿਜ਼ਨ ਉਹਦੇ ਵਿੱਚ ਜਿੰਨੇ ਆ ਜਿੰਨੇ ਪੂਰੇ 2 ਘੰਟਿਆਂ ਦੇ ਵਿੱਚ ਸਾਰੇ ਸੀਨ ਨੇ ਸਾਰਾ ਸਕ੍ਰੀਨ ਪਲੇ ਆ ਉਹ ਮੇਰੇ ਨਾਲ ਹੰਡਾਇਆ ਹੋਇਆ ਮੈਂ ਸਾਰਾ ਉਹ ਸਮਾਂ ਤਾਂ ਜਦੋਂ ਜਿਨ੍ਹਾਂ ਜਿਨ੍ਹਾਂ ਨੇ ਉਹ ਸਮਾਂ ਹੰਡਾਇਆ ਜਦੋਂ ਦੇਖਣਗੇ ਤਾਂ ਉਹਨਾਂ ਨੂੰ ਬਹੁਤ ਚੰਗਾ ਲੱਗੂਗਾ ਤੇ ਪਰ ਇਹ ਚੀਜ਼ਾਂ ਨੂੰ ਵੀ ਆਪਾਂ ਜਦੋਂ ਆਪਾਂ ਦਿਖਾਵਾਂਗੇ ਵੀ ਹਾਂ ਯਾਰ ਪੁਰਾਣੇ ਸਮੇਂ ਦੇ ਵਿੱਚ ਸਾਡੇ ਜਦੋਂ ਪਿਛੋਕੜ ਸਾਡਾ ਐ ਸੀਗਾ ਕਿ ਪਹਿਲੇ ਟੈਲੀਵਿਜ਼ਨ ਦੇਖਣ ਤੱਕ ਨਹੀਂ ਦਿੰਦੇ ਸੀ ਅੱਜ ਦੇ ਜ਼ਮਾਨੇ ਟੈਲੀਵਿਜ਼ਨ 'ਚ ਕੁੜੀਆਂ ਕੰਮ ਵੀ ਕਰਦੀਆਂ ਵਾਂ ਤੇ ਕਿੰਨਾ ਕ ਜ਼ਮਾਨਾ ਚੇਂਜ ਹੋ ਗਿਆ ਲੱਗਦਾ ਅੱਜ ਵੀ ਕੁੜੀਆਂ ਨੂੰ ਮਤਲਬ ਹੈ ਪਿੱਛੇ ਹੈ ਪਿਛੋਕੜ ਹਜੇ ਵੀ ਮੌਕਾ ਨਹੀਂ ਮਿਲ ਪਾਉਂਦੇ ਇਕੁਅਲ ਹੀ ਹੈਗਾ ਥੋੜਾ ਬਹੁਤਾ ਹੈ ਕਿਤਨਾ ਕਿਤੇ ਕੋਈ ਪਿੰਡਾਂ ਨੇ ਵਿੱਚ ਰਹੇ ਜਿਹੜੇ ਫੈਮਿਲੀ ਤੇ ਡਿਪੈਂਡ ਕਰਦਾ ਹੈ ਸਕਲ ਤੁਸੀਂ ਦੇਖ ਰਹੇ ਹੋ ਚੈਨਲ 7 ਤੇ ਮੈਂ ਜੀ ਹਲਿੰਸ ਆਣੀ ਬਹੁਤ-ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਤੇ ਇਹ ਨਾ ਮੂਵੀ ਆ ਰਹੀ ਹੈ ਟੈਲੀਵਿਜ਼ਨ ਬਹੁਤ ਹੀ ਬਾ ਕਮਾਲ ਮੁੱਦਾ ਹੈ ਤੇ ਮੇਰੇ ਨਾਲ ਓਲੀ ਮਤਲਬ ਇੱਕ ਹੈਂਡਸਮ ਮਤਲਬ ਜਿਹਨੂੰ ਮੈਂ ਕਹਿ ਸਕਦੀ ਆ ਕੁਲਵਿੰਦਰ ਪਿੱਲਾ ਜੀ ਬੈਠੇ ਸੱਸੀ ਕਪੂਰ ਵਸਾਈ థాంਕ ਯੂ ਜੀ థాంਕ ਯੂ ਸੋ ਮਚ ਬਹੁਤ ਸੋਹਣੇ ਲੱਗ ਰਹੇ ਤੁਹਾਡੇ ਵਾਲ ਸ਼ੁਕਰੀਆ ਜੀ ਸ਼ੁਕਰੀਆ ਥੈਂਕ ਯੂ ਅੱਛਾ ਮੂਵੀ ਆ ਰਹੀ ਹੈ ਟੈਲੀਵਿਜ਼ਨ ਇੱਕ ਬਹੁਤ ਹੀ ਅਲੱਗ ਮੁੱਦਾ ਹੈ ਜਦੋਂ ਤੁਸੀਂ ਪੈਦਾ ਹੋਇਆ ਸੀ ਟੈਲੀਵਿਜ਼ਨ ਆ ਗਿਆ ਸੀ ਕਿ ਆਣਾ ਸੀ ਟੈਲੀਵਿਜ਼ਨ ਜਦੋਂ ਪੈਦਾ ਹੋਇਆ ਸੀ ਟੈਲੀਵਿਜ਼ਨ ਆ ਗਿਆ ਉਹ ਪਰ ਮੇਰੇ ਘਰੇ ਜਦੋਂ ਟੀਵੀ ਆਇਆ ਸੀ ਉਦੋਂ ਮੈਨੂੰ ਲੱਗਦਾ ਮੈਂ 2-3 ਸਾਲ ਦਾ ਹੋਊਂਗਾ ਤੇ ਉਹ ਟੀਵੀ ਆ ਜਦੋਂ ਮਹਾਭਾਰਤ ਵਗੈਰਾ ਦਾ ਉਦੋਂ ਉਸ ਟਾਈਮ ਦੇ ਵਿੱਚ ਇੰਨੇ ਐਪੀਸੋਡ ਹੁੰਦੇ ਨੇ ਸੀ ਉਹ ਸਮੇਂ ਦੇ ਵਿੱਚ ਤੇ ਟੈਲੀਵਿਜ਼ਨ ਨਾਲ ਜੁੜੀਆਂ ਨਾ ਬਹੁਤ ਸਾਰੀਆਂ ਯਾਦਾਂ ਹੁੰਦੀਆਂ ਤੇ ਤੁਸੀਂ ਕੋਈ ਸ਼ੇਅਰ ਕਰਨਾ ਚਾਹੋ ਬਹੁਤ ਸਾਰੀਆਂ ਯਾਦਾਂ ਨੇ ਇੰਗੀਆਂ ਟੈਲੀਵਿਜ਼ਨ ਦੇ ਵਿੱਚ ਜਿਹੜੀ ਤੁਸੀਂ ਹੁਣ 24 ਜੂਨ ਨੂੰ ਜਿਹੜੀ ਸਾਡੀ ਫਿਲਮ ਆ ਰਹੀ ਹੈ ਟੈਲੀਵਿਜ਼ਨ ਉਹਦੇ ਵਿੱਚ ਜਿੰਨੇ ਆ ਜਿੰਨੇ ਪੂਰੇ 2 ਘੰਟਿਆਂ ਦੇ ਵਿੱਚ ਸਾਰੇ ਸੀਨ ਨੇ ਸਾਰਾ ਸਕ੍ਰੀਨ ਪਲੇ ਆ ਉਹ ਮ ਹੰਡਾਇਆ ਹੋਇਆ ਮੈਂ ਸਾਰਾ ਉਹ ਸਮਾਂ ਤੇ ਜਦੋਂ ਜਿਨ੍ਹਾਂ ਨੇ ਉਹ ਸਮਾਂ ਹੰਡਾਇਆ ਜਦੋਂ ਦੇਖਣਗੇ ਤਾਂ ਉਹਨਾਂ ਨੂੰ ਬਹੁਤ ਚੰਗਾ ਲੱਗੂਗਾ ਕੁਲਵਿੰਦਰ ਜੀ ਜਿਵੇਂ ਅੱਜ ਕੱਲ ਦਾ ਜਿਹੜਾ ਯੂਥ ਹੈ ਨਾ ਉਹ ਉਹਨੂੰ ਕਨੈਕਟ ਨਹੀਂ ਕਰ ਪਾਏਗਾ ਤੁਹਾਨੂੰ ਲੱਗਦਾ ਤੁਸੀਂ ਇਹ ਫਿਲਮ ਨੂੰ ਕਨੈਕਟ ਕਰ ਪਾਉਗੇ ਯੂਥ ਨਾਲ ਵੀ ਕਿਉਂਕਿ 올ਡ ਪੇਪਰ ਨਾਲ ਤੇ ਹੋ ਜਾਏਗਾ ਯੂਥ ਨਾਲ ਕੋਈ ਗੱਲ ਨਹੀਂ ਹੈ ਕਿ ਦੇਖੋ ਐਗਜ਼ਾਮਪਲ ਗੱਲ ਕਰ ਰਿਹਾ ਆ ਅੱਜ ਤੋਂ ਕਈ ਸਾਲ ਪਹਿਲਾਂ ਸੌਫਤ ਦੀਆਂ ਮੂਵੀਆਂ ਦੇਖਦੇ ਸੀ ਬੰਦਾ ਮੁੱਕੀ ਮਾਰਦਾ ਸੀਗਾ ਪੰਜ ਸੱਤ ਜਾਣੇ ਹਵਾ ਚ ਉੱਡ ਜਾਂਦੇ ਹੁੰਦੇ ਹੁੰਦਾ ਤਾਂ ਉਹ ਵੀ ਨਹੀਂ ਹੈਗਾ ਹਨਾ ਤੇ ਪਰ ਇਹ ਚੀਜ਼ਾਂ ਨੂੰ ਵੀ ਆਪਾਂ ਜਦੋਂ ਆਪਾਂ ਦਿਖ ਪੁਰਾਣੇ ਸਮੇਂ ਦੇ ਵਿੱਚ ਸਾਡੇ ਜਦੋਂ ਪਿਸ਼ੋਕਰ ਸਾਡਾ ਆਏ ਸੀਗਾ ਵਿੱਚ ਆਏ ਹੁੰਦਾ ਸੀਗਾ ਆਹ ਹੁੰਦਾ ਜਿਵੇਂ ਅੱਜ ਦੀ ਗੱਲ ਕਰੀਏ ਆਪਾਂ ਕੋਈ ਕੋਈ ਆਪਾਂ ਨੂੰ ਹਾਰਰ ਮੂਵੀ ਦੇਖ ਲਓ ਹਾਰਰ ਮੂਵੀ ਅੱਜ ਦੇ ਟਾਈਮ ਦੇ ਵਿੱਚ ਤੇ ਪੁਰਾਣੇ ਸਮੇਂ ਦੀ ਆਪਾਂ ਨੂੰ ਵੀ ਪੁਰਾਣੀ ਵੀ ਦਿਖਾ ਦੇ ਆਪਾਂ ਨੂੰ ਵੀ ਚੰਗੀ ਲੱਗਣੀ ਹੈ ਕਿਉਂਕਿ ਡਰ ਡਰਾਉਣਾ ਜਿਹੜੀਆਂ ਚੀਜ਼ਾਂ ਨੇ ਉਦਾਂ ਹੀ ਇੱਕ ਕਨਸੈਪਟ ਹੈ ਇਹ ਤਾਂ ਹਰ ਇੱਕ ਨੂੰ ਚੰਗਾ ਲੱਗਣਾ ਕੋਈ ਨਵੇਂ ਪੁਰਾਣੇ ਵਾਲੀ ਕੋਈ ਗੱਲ ਨਹੀਂ ਹੈ ਜੀ ਮੰਡੀ ਜੀ ਨਾਲ ਤੁਸੀਂ ਕੰਮ ਕੀਤਾ ਹੈ ਮੰਡੀ ਜੀ ਅ ਪ੍ਰੀਓਡਿਕ ਫਿਲਮਾਂ 'ਚ ਬਹੁਤ ਜਾਂਸਦੇ ਨੇ ਰੱਬ ਦਾ ਰੇਡੀਓ ਵੀ ਕੀਤਾ ਉਹਨਾਂ ਨੇ ਹੈਨਾ ਤੇ ਤਾਂ ਕਰਕੇ ਉਹਨਾਂ ਨੂੰ ਲਿੱਤਾ ਗਿਆ ਸੀ ਕਿ ਕੋ ਹਾਂ ਨਹੀਂ ਜੋ ਸਾਡੇ ਕਨਸੈਪਟ ਦੇ ਅਕੋਰਡਿੰਗ ਤਾਜ ਹੋ ਰਿਹਾ ਨੂੰ ਲੱਗਿਆ ਵੀ ਹਾਂ ਮੰਡੀ ਇਸ ਫਿਲਮ ਲਈ ਸ਼ੂਟ ਬੈਠਦੇ ਹੈਗੇ ਤੇ ਬਾਕੀ ਹਰ ਪੱਖੋਂ ਜੋ ਡਾਇਰੈਕਸ਼ਨ ਟੀਮ ਨੂੰ ਲੱਗਦਾ ਤੇ ਮੰਡੀ ਪਰਫੈਕਟ ਜੀ ਤੇ ਅਸੀਂ ਜਿਹੜੋ ਫਿਲਮ ਦੇ ਵਿੱਚ ਉਹਨਾਂ ਨੇ ਪਰਫਾਰਮ ਕੀਤਾ ਸਾਨੂੰ ਲੱਗਿਆ ਵੀ ਮੰਡੀ ਹੀ ਹੋਣੀ ਚਾਹੀਦੀ ਸੀ ਫਿਲਮ ਦੇ ਵਿੱਚ ਵੇ ਅੱਜਕੱਲ ਬਹੁਤ ਸਾਰੇ ਤਾਂ ਗੱਲਾਂ ਵੀ ਕੀਤੀਆਂ ਕਿ ਪਹਿਲੇ ਟੈਲੀਵਿਜ਼ਨ ਦੇਖਣ ਤੱਕ ਨਹੀਂ ਦਿੰਦੇ ਸੀ ਅੱਜ ਦੇ ਜ਼ਮਾਨੇ ਟੈਲੀਵਿਜ਼ਨ ਚ ਕੁੜੀਆਂ ਕੰਮ ਵੀ ਕਰਦੀਆਂ ਵਾਂ ਤੇ ਕਿੰਨਾ ਕ ਜ਼ਮਾਨਾ ਚੇਂਜ ਹੋ ਗਿਆ ਲੱਗਦਾ ਅੱਜ ਵੀ ਕੁੜੀਆਂ ਨੂੰ ਮਤਲਬ ਹੈ ਪਿੱਛੇ ਹੈ ਪਛੋਕੜ ਹਜੇ ਵੀ ਮੌਕਾ ਨਹੀਂ ਮਿਲ ਪਾਉਂਦੇ ਨਹੀਂ ਨਹੀਂ ਅੱਜਕੱਲ ਤਾਂ ਆਲਮੋਸਟ ਮਿਲਦਾ ਹੈ ਸਾਰਾ ਇਕੁਅਲ ਹੀ ਹੈਗਾ ਥੋੜਾ ਬਹੁਤਾ ਹੈ ਕਿਤਨਾ ਕਿਤੇ ਕੋਈ ਪਿੰਡਾਂ ਨੇ ਵਿੱਚ ਜਿਹੜੇ ਫੈਮਿਲੀ ਤੇ ਡਿਪੈਂਡ ਕਰਦਾ ਆਲਮੋਸਟ ਅੱਜਕੱਲ ਤਾਂ ਸਾਰੇ ਮੁੰਡੇ ਕੁੜੀਆਂ ਬਰਾਬਰ ਹੀ ਆ ਮੈਨੂੰ ਲੱਗਦਾ ਕੋਈ ਫਰਕ ਹੈ ਇਹ ਫਰਕ ਕਰਦੇ ਨੇ ਮਤਲਬ ਕੋਈ ਜਾਂ ਤੇ ਪੜਾ ਨਹੀਂ ਪਾਉਂਦਾ ਜੇ ਪੜਾ ਦਿੰਦਾ ਤੇ ਵਿਆਹ ਕਰਾ ਦਿੰਦਾ ਉਹਨਾਂ ਨੂੰ ਲੱਗਦਾ ਕੈਰੀਅਰ ਕੁਝ ਨਹੀਂ ਹੈਗਾ ਵਿਆਹ ਸ਼ਾਦੀ ਕਰ ਲਓ ਤੁਸੀਂ ਸੈੱਟ ਹੋ ਜਾਓਗੇ ਇਹ ਚੀਜ਼ਾਂ ਦੇਖੋ ਐ ਤਾਂ ਹਰ ਇੱਕ ਜ਼ਿੰਦਗੀ ਦੇ ਪਹਿਲੂ ਹੁੰਦੇ ਹੀ ਨੇ ਕੋਈ ਨਾ ਕੋਈ 파ਟ ਬੰਦੇ ਜੁੜੇ ਹੁੰਦੇ ਨੇ ਇਦਾਂ ਨਹੀਂ ਸੋਚਣ ਵਾਲੇ ਪਰ ਅੱਗੇ ਨਾਲੋਂ ਬਹੁਤ ਸਮਾਂ ਚੇਂਜ ਹੋਇਆ ਦੇਨਦੇ ਤੁਸੀਂ ਆਡੀਅנס ਨੂੰ ਕੋਈ ਮੈਸੇਜ ਖਾਸ ਕਰ ਉਹਨਾਂ ਲੋਕਾਂ ਨੂੰ ਜੋ ਮਤਲਬ ਟੈਲੀਵਿਜ਼ਨ ਵਰਗੇ ਹੀ ਕੰਮ ਕਰਨਾ ਚਾਹੁੰਦੇ ਨੇ ਛੋਟੀ ਇੰਡਸਟਰੀ ਹੋ ਪਾਂ ਵੱਡੀ ਹੈ ਨਾ ਟੈਲੀਵਿਜ਼ਨ ਹੋ ਸੀਰੀਅਲ ਹੋ ਫਿਲਮਾਂ ਹੋ ਲੇਕਿਨ ਉਹ ਆ ਨਹੀਂ ਪਾਂਦੇ ਤੇ ਉਹਰੇ ਕਰਕੇ ਕੋਈ ਮੈਸੇਜ ਉਹਨਾਂ ਨੂੰ ਬਿਲਕੁਲ ਬਿਲਕੁਲ ਚੰਗੇ ਡਾਇਰੈਕਟਰ ਨੇ ਚੰਗੇ ਪ੍ਰੋਡਕਸ਼ਨ ਹਾਊਸ ਨੇਗੇ ਜਿਨ੍ਹਾਂ ਨਾਲ ਤੁਸੀਂ ਅਪਰੋਚ ਕਰੋ ਤੁਸੀਂ ਆਪਣੇ ਐਕਟਿੰਗ ਸਕਿੱਲ ਦਿਖਾਓ ਤੇ ਉਹਨਾਂ ਨੂੰ ਅਪਰੋਚ ਕਰੋ ਤੁਸੀਂ 100% ਕਾਮਯਾਬ ਹੋਵੋਗੇ ਤੇ ਬਹੁਤ ਚੰਗੇ ਵੀ ਹੈਗੇ ਆ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਉਹ 24 ਜੂਨ ਨੂੰ ਕਿਹੜੀ ਫਿਲਮ ਦੇਖਣੀ ਹੈ 24 ਜੂਨ ਨੂੰ ਟੈਲੀਵਿਜ਼ਨ ਦੇਖ ਕੇ ਆਓ सिनेਮੇ ਘਰਾਂ ਦੇ ਵਿੱਚ ਟੀਵੀ ਹੋਊਗਾ ਤੇ ਟੀਵੀ सिनेਮੇ ਦੇ ਵਿੱਚ ਲੱਗੂਗਾ ਤੁਸੀਂ ਜ਼ਰੂਰ ਜਾ ਕੇ ਦੇਖ ਕੇ ਆਉਣਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਇਹ ਸਨੈਕਸ ਸੀ ਕੁਲਵਿੰਦਰ ਪਿੱਲਾ ਜੀ ਤੁਸੀਂ ਦੇਖਦੇ ਰਹੋ ਚੈਨਲ ਸਾਹਿਬ ਮੈਨੂੰ ਤਾਂ ਇਜਾਜ਼ਤ ਸਸ਼ੇਕਾ